ਪੁਆਈ ਤੇ ਕਹਿੰਦਾ ਮੇਰਾ ਫੇਵਰਟ ਪਲੇਅਰ ਹੈ ਤੇ ਮੋਸਨ ਸਮੋੜ ਦੱਸਿਆ ਜੀ ਤੇ ਪਿੱਛੋਂ ਥੋੜਾ ਜਿਹਾ। ਅਸਲਾਮ ਵਾਲੇਕਮ ਜੀ ਚੋਈ ਸਾਹਿਬ, ਕੀ ਹਾਲ ਹੈ? ਖੋਲਿਆ ਮਾਲ ਹੋਰ ਸਿਹਤਾਂ ਤੁਸੀਂ ਤਾਂ ਠੀਕ ਠਾਕ? ਕਣਕ ਸ਼ਣਕ ਵੱਢ ਛੱਡੀ ਹੈ? ਕਣਕ ਸ਼ਣਕ ਵੱਢ ਛੱਡੀ ਸਾਰੀ? ਪੋ ਸਾਂਭ ਛੱਡਿਆ? ਸਾਂਭ ਛੱਡਿਆ ਸਾਰੀ ਤੇ ਕਿ ਚੰਗੀ ਬਰਕਤ ਹੋ ਗਈ? ਸ਼ੁਕਰ ਅਲਹਮਦੁਲਿਲਾ। ਕਿੰਨਾ ਕੁ ਪੋ ਸੱਟਿਆ? ਉਹ ਕੁੜਵੀ ਪਾਲੀ ਡੇਵੀ ਪਾਲੀ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਚਲੋ ਜ਼ਬਰਦਸਤ ਹੋ ਗਿਆ। ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਅਲੈਕਮ ਵਰਹਿਮਤੁਲਾਹ ਵਬਰਕਾਤੁ। ਉਮੀਦ ਹੈ ਜੀ ਸਾਰੇ ਠੀਕ ਠਾਕ ਹੋ ਗਏ, ਅੱਲਾ ਦਾ ਸ਼ੁਕਰ ਹੈ। ਅਸੀਂ ਵੀ ਠੀਕ ਠਾਕ ਹਾਂ, ਅੱਲਾ ਦਾ ਨਾਂ ਲੈ ਕੇ ਅੱਜ ਦੀ ਵੀਡੀਓ ਕਰਨੀ ਹੈ ਸ਼ੁਰੂ। ਅੱਛਾ ਜੀ, ਦਿਨ ਹੈ ਅੱਜ ਫਰਾਈਡੇ ਦਾ, 10 ਮਈ 2024 ਅਤੇ ਟਾਈਮ ਹੋ ਗਿਆ ਤਕਰੀਬਨ 9:30 ਦਾ। ਮਾਲ ਖੋਲਿਆ ਮੈਂ ਹੁਣ, ਮਜ਼ਾ ਲਿਆ ਚੂਤੀਆਂ ਪੀਆਂ। ਅਤੇ ਮੇਰੇ ਨਾਲ ਨੇ ਜੀ ਦੋ ਮੁੰਡੇ, ਇੱਕ ਮੁੰਡਾ ਤਾਂ ਜਿਹੜਾ ਨਾ ਉਹ ਤੁਹਾਨੂੰ ਪਤਾ ਹੈ ਅੱਗੇ ਵੀਡੀਓ 'ਚ ਆਏ ਹੈ, ਅਬਦੁੱਲਾ, ਅਤੇ ਦੂਸਰਾ ਮੁੰਡਾ ਜਿਹੜਾ ਨਾ ਫਸਟ ਟਾਈਮ ਜਿਹੜਾ ਵੀਡੀਓ 'ਚ ਆਉਣਾ, ਅਤੇ ਉਹ ਮੁੰਡਾ ਜਿਹੜਾ ਤਾਰਫ ਕਿਰਾਏ ਦਾ ਤੁਹਾਨੂੰ ਆਪਣਾ। ਅੱਛਾ ਜੀ ਅਬਦੁੱਲਾ, ਸੁਣਾ ਕੇ ਹਾਲ ਠੀਕ ਹੈ? ਠੀਕ ਠਾਕ, ਤੁਸੀਂ ਸੁਣਾਓ, ਤੁਹਾਡਾ ਕੀ ਹਾਲ? ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਹੈ। ਮਾਲ ਖੋਲਿਆ ਜੀ? ਸਾਨੂੰ ਤੂੰ ਸੁਣਾ ਠੀਕ ਠਾਕ? ਕੀ ਹਾਲ? ਠੀਕ ਠਾਕ ਠੀਕ ਠਾਕ, ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਹੈ। ਅਤੇ ਕਿ ਤੂੰ ਸਕੂਲ ਜਾਂਦਾ? ਕੋਣੀ ਕਿਤਵੀਂ ਚੋ? ਕਿਉਂ ਹੈਗਾ? ਅਤੇ ਇਹ ਜਿਹੜੀ ਤਸਵੀਰ ਮੈਂ ਤੇਰੇ ਦੇਖਦਾ ਪਿਆ, ਇੱਧਰ ਉੱਠ ਕੇ ਇੱਧਰੋਂ ਮੈਂ ਨਾ ਥੋੜ੍ਹਾ ਜਿਹਾ, ਇਹ ਸ਼ਰਟ 'ਤੇ ਜਿਹੜੀ ਤਸਵੀਰ ਹੈ ਤੇਰੇ ਜੀ, ਇਹ ਕੌਣ ਹੈ ਬੰਦਾ? ਚੌਧਰੀ ਮੋਹਸਨ ਫਰੂਕ ਸਮੋਟ। ਚੌਧਰੀ ਮੋਹਸਨ ਫਰੂਕ ਸਮੋਟ ਜੀ, ਇਹ ਕੀ ਖੇਡਦਾ? ਵਾਲੀਬਾਲ ਜੀ, ਵਾਲੀਬਾਲ ਖੇਡ। ਤੇ ਤੇਰਾ ਕੀ ਹੈ ਪਲੇਅਰ ਜਿਹੜਾ ਫੇਵਰਟ ਪਲੇਅਰ ਹੈ? ਫੇਵਰਟ ਪਲੇਅਰ ਮੇਰਾ। ਅੱਛਾ ਅੱਛਾ, ਇਹ ਜੀ ਜਿਹੜਾ ਨਾ ਤਸਵੀਰ ਮੁੰਡੇ ਨੇ ਸ਼ਰਟ 'ਤੇ ਦੇਖਿਆ ਛੁਪਵਾਈ ਤੇ ਕਹਿੰਦਾ ਮੇਰਾ ਫੇਵਰਟ ਪਲੇਅਰ ਹੈ ਤੇ ਮੋਹਸਨ ਸਮੋਟ ਦੱਸਿਆ ਜੀ ਤੇ ਪਿੱਛੋਂ ਥੋੜ੍ਹਾ ਜਿਹਾ ਇੰਟਰ ਨਕਾਰਾਂ ਪਿੱਛੇ ਕੀ ਲਿਖੇ ਆ? ਇਹਸਾਨ 07 ਹੁਸੈਨੀ ਕਲੱਬ ਸ਼ੇਰਗੜ੍ਹ। ਅੱਛਾ, ਤੁਹਾਡਾ ਕਲੱਬ ਜਿਹੜਾ ਹੁਸੈਨੀ ਕਲੱਬ ਹੈ? ਅਤੇ ਡੇਲੀ ਖੇਡਣਾ? ਡੇਲੀ ਖੇਡ ਇੱਥੇ ਹੀ? ਉਹ ਤੁਹਾਡਾ ਜਿਹੜਾ ਪਰਾਂ ਨੈੱਟ ਲੱਗੇ ਆ ਨਾਲ ਦਰਬਾਰ ਹੀ ਦੱਸੋ, ਦਰਬਾਰ ਦੇ ਵਿੱਚ ਆ ਗਿਆ ਨਾ ਕਬਰਸਤਾਨ ਜੀ। ਅੱਛਾ, ਹੋਰ ਤੁਸੀਂ ਸੁਣਾਓ ਅਬਦੁੱਲਾ ਸਾਹਿਬ, ਬਹਿ ਜਾ ਜੀ। ਠੀਕ ਆ, ਤੁਸੀਂ ਸੁਣਾਓ ਤੁਹਾਡਾ? ਅੱਲਾ ਦਾ ਸ਼ੁਕਰ। ਕਿ ਮਾਲ ਅੱਜ ਲੇਟ ਨਹੀਂ ਖੋਲਿਆ ਵੀ? ਅੱਜ ਟਾਈਮ 'ਤੇ ਖੁੱਲ ਗਈਆਂ। ਅੱਛਾ ਜੀ, ਟਾਈਮ ਹੋ ਗਿਆ 11:45 ਦਾ ਅਤੇ ਲਹਿੰਦੇ ਵਾਲੀ ਸਾਈਡ ਤੋਂ ਜਿਹੜਾ ਨਾ ਬਾਰਿਸ਼ ਬਹੁਤ ਜ਼ਿਆਦਾ ਚੜੀ ਜੀ, ਸ਼ਾਹ ਕਾਲਾ ਬੱਦਲ ਬੋਲਦਾ ਵੀ ਪਿਆ ਹੈ। ਅੱਛਾ ਜੀ, ਟਾਈਮ ਹੋ ਗਿਆ 11 ਦਾ ਅਤੇ ਜਿਹੜਾ ਨਾ ਬਾਰਿਸ਼ ਇੱਧਰੂ ਸਾਈਡ ਤੋਂ ਆਈ ਅਤੇ ਹੁਣ ਜਿਹੜਾ ਨਾ ਇੰਜ ਦੇ ਖਾਰੀਆਂ ਵੱਲ ਅੱਟ ਗਈ ਅਤੇ ਇੰਜ ਦੌਲਤਾ ਨਗਰ ਵੱਲ ਜਿਹੜਾ ਨਾ ਬੱਦਲ ਫਿਰਦਾ ਪਿਆ। ਅਤੇ ਅੱਜ ਮਾਸ਼ਾਅੱਲਾ ਜੀ ਛੇੜੂ ਇੱਕ ਨਵਾਂ ਆਇਆ। ਅਸਲਾਮ ਵਾਲੇਕਮ ਜੀ। ਵਾਲੇਕਮ ਭਾਈ ਮਾਜਿਦ, ਕੀ ਹਾਲ? ਠੀਕ ਹੋ? ਅਲਹਮਦੁਲਿਲਾ, ਸ਼ੁਕਰ ਹੈ ਅੱਲਾ ਦਾ ਜੀ। ਅਤੇ ਪਹਿਲਾਂ ਤਾਂ ਦੱਸੋ ਹਾਂ, ਕਿਹੜਾ ਇਲਾਕਾ ਆਪਣਾ? ਸਾਡਾ ਇਲਾਕਾ ਜੀ ਵਿਹਾੜੀ ਹੈ, ਬੂਰਾ ਵਿਹਾੜੀ। ਬੂਰਾ ਵਿਹਾੜੀ ਜੀ? ਅੱਛਾ, ਜ਼ਿਲ੍ਹਾ ਤੁਹਾਡਾ ਉਹ ਹੀ ਹੈ? ਜ਼ਿਲ੍ਹਾ ਵਿਹਾੜੀ ਵੀ ਹੈ ਜੀ, ਤਹਿਸੀਲ ਮੈਲਸੀਆਂ ਹੈ ਜੀ। ਤਹਿਸੀਲ ਮੈਲਸੀਆਂ? ਅਤੇ ਗੁਜਰਾਤ 'ਚ ਕਿੰਨਾ ਚਿਰ ਹੋ ਗਿਆ? ਗੁਜਰਾਤ 'ਚ ਤਕਰੀਬਨ ਮੈਨੂੰ ਅੱਜ ਤੋਂ ਕੁਝ 3-4 ਸਾਲ ਪਹਿਲੇ ਦਾ ਮੈਂ ਇੱਥੇ ਹਾਂ। ਮਾਸ਼ਾਅੱਲਾ ਜੀ। ਅੱਛਾ ਜੀ, ਮਾਲ ਜਿਹੜਾ ਨਾ ਭਾਈ ਮਾਜਦ ਨੇ ਅੱਜ ਪਹਿਲੇ ਦਿਨ ਹੀ ਲਿਆਂਦਾ, ਮੱਝਾਂ ਦੇ ਵਿੱਚ ਫਿਰਦੀਆਂ ਪਈਆਂ। ਅਤੇ ਡੰਗਰ ਕਿੰਨੇ ਜੇ ਹੁਣ ਟੋਟਲ? ਇਹ ਜਿਹੜੇ ਬਾਹਰ ਛੇੜੇ ਨੇ ਜੀ, ਇਹ ਹੈਗੇ ਨੇ 11 ਕੁ ਟੋਟਲ। ਟੋਟਲ ਕੁਝ 7 ਕੁ ਛੋਟੇ ਨਾਗ ਨੇ, ਉਹ ਘਰ ਨੇ ਜੀ। ਉਹ ਘਰ ਨੇ ਛੋਟੇ? ਅਤੇ ਗਾਵਾਂ ਕਿੰਨੀਆਂ ਨੇ? ਗਾਵਾਂ 2 ਹੀ ਨੇ ਜੀ। 2 ਗਾਵਾਂ, ਇੱਕ ਹੈ ਜਿਹੜੀ ਕਾਲੀ, ਹਾਂਜੀ, ਅਤੇ ਇੱਕ ਉੱਪਰੋਂ ਗੋਰੀ ਹੈ, ਉਹ ਉੱਪਰੋਂ ਵੀ ਜਾਂਦੀ, ਅਤੇ ਦੂਜੀਆਂ ਸਾਰੀਆਂ ਮੇਰੂ ਹੀ ਨੇ, ਮੱਝਾਂ ਹੀ ਨੇ। ਅਤੇ ਪੱਠੇ ਛੱਠੇ ਵਾਲੀ ਰਾਜ ਨੇ? ਹਾਂਜੀ ਮਾਸ਼ਾਅੱਲਾ, ਪੱਠੇ ਰਾਜ ਨੇ। ਸਟਾਲਾ? ਸਟਾਲਾ ਖੜਾ ਤਕਰੀਬਨ 5 ਕਨਾਲਾਂ ਜੀ, ਪਾਉਂਦੇ ਪਿਓ ਭੋ ਅਤੇ ਸਟਾਲਾ ਹੀ ਹੈ। ਹਾਂਜੀ ਮਾਸ਼ਾਅੱਲਾ।
ਅੱਛਾ ਜੀ, ਮੌਸਮ ਅੱਜ ਜਿਹੜਾ ਨਾ ਅੱਲਾ ਨੇ ਬਹੁਤ ਹੀ ਵਧੀਆ ਕਰ ਸਕਦਾ, ਠੰਡਾ ਕਿ ਨਹੀਂ? ਕੱਲ੍ਹ ਤਾਂ ਪਰਸੋਂ ਤਾਂ ਬੜੀ ਗਰਮੀ ਪਈ ਹੈ ਕਿ ਨਹੀਂ? ਗਰਮੀ ਸੀ, ਅੱਜ ਤਾਂ ਯਕਦਮ ਹੀ ਚੇਂਜ ਹੋ ਗਿਆ ਮੌਸਮ, ਚੇਂਜ ਹੋ ਗਿਆ ਜੀ। ਅੱਛਾ ਜੀ, ਇਹ ਜਿਹੜੀ ਚੀਜ਼ ਹੈ ਨਾ ਸਾਹਮਣੇ ਜਿਹੜਾ ਕਮਾਦ ਜੀ ਆ, ਤੁਹਾਨੂੰ ਨਜ਼ਰ ਪਿਆ ਆਉਂਦਾ, ਕਮਾਦ ਤਾਂ ਨਹੀਂ, ਕਮਾਦ ਕਮਾਦ ਹਾਰਦਾ ਜੀ, ਕਮਾਦੀ ਇਹਨੂੰ ਕਹਿੰਦੇ ਨੇ ਮੇਰੇ ਨਾਲ। ਅਤੇ ਇਹ ਕਹਿੰਦੇ ਨੇ ਇੰਡੀਆ 'ਚ ਜਿਹੜਾ ਨਾ ਹੁੰਦੀ ਬਹੁਤ ਜ਼ਿਆਦਾ, ਅਤੇ ਹੁਣ ਸਾਡੇ ਵੀ ਜਿਹੜਾ ਉਹ ਹੁਣ ਲੱਗ ਪਈ, ਬੰਦੇ ਲਾਉਣ ਲੱਗ ਪਏ ਨੇ। ਮੇਰੇ ਹਾਂ ਪਿਛਲੇ ਸਾਲ ਤਾਂ ਕੋਈ ਨਹੀਂ ਸੀ ਇੱਥੇ, ਐਤਕੀ ਲਾਈ ਨੇ, ਅਤੇ ਦੇਖਿਆ ਜੇਠ ਦਾ ਮਹੀਨਾ ਚੱਲ ਰਿਹਾ, ਅਤੇ ਹਰੀ ਦੇਖਿਆ ਸਹੀ ਹਰੀ ਕਚੂਰ, ਅਤੇ ਪੁੱਛ ਜਿਹੜੇ ਨੇ ਇਹਦੇ ਚੰਗੇ ਵੱਡੇ ਵੱਡੇ, ਅਤੇ ਮਾਲ ਵਾਸਤੇ ਜਿਹੜਾ ਨਾ ਬਹੁਤ ਹੀ ਜ਼ਬਰਦਸਤ ਸ਼ਹਿ ਹੈ। ਐਤਕੀ ਲਾਈ ਜੇ, ਓਏ ਮੈਂ ਹਾਂ ਕਮਾਦੀ ਐਤਕੀ ਲਾਈ ਜੇ, ਇੱਕ ਲੋ ਵੱਡੇ ਇਹਦਾ, ਦੋ ਵੱਡੇ ਨੇ। ਅੱਛਾ 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 ਜੀ, ਤੁਹਾਨੂੰ ਦੱਸਣਾ ਪਿਆ ਇਹ ਜਿਹੜੀ ਫਸਲ ਹੈ ਨਾ ਜ਼ਿਆਦਾ ਜ਼ਿਆਦਾ ਪਹਿਲਾਂ ਇੰਡੀਆ 'ਚ ਹੀ ਹੁੰਦੀ, ਸਾਡੇ ਤਾਂ ਐਡੀ ਆਮ ਕੋਣੀ ਇਹੀ ਹੈ ਨਾ। ਸੁਣਾਓ ਕੀ ਹਾਲ, ਠੀਕ ਹੋ? ਅੱਲਾ ਦਾ ਸ਼ੁਕਰ। ਅਤੇ ਇਹ ਚਾਚੇ ਰੰਨਾ ਜਿਹੜਾ ਨਾ ਪਿਛਲੇ ਸਾਲ ਹੀ ਲਾਈ ਹੈ, ਅਤੇ ਦੋ ਲੋਕ ਕਹਿੰਦੇ ਨੇ ਵੱਢ ਬੈਠੇ ਨੇ, ਹੁਣ ਫਿਰ ਤੀਜਾ ਤਿਆਰ ਨਹੀਂ ਹੋਏ ਆ। ਅੱਛਾ, ਇਹਨੂੰ ਸੋਕਾ ਵੀ ਨਹੀਂ ਐਡਾ ਲੱਗਦਾ ਹੈ। ਅੱਛਾ, ਹੁਣ ਹਰੀ ਕਚੂਰ ਹੈ ਉਂਝ। ਅੱਛਾ, ਪਾਣੀ ਆਈ ਲਾਉਣ ਲੱਗੇ, ਅਤੇ ਪਾਣੀ ਲਾ ਕੇ ਫਿਰ ਹੱਥ ਲਾਓ ਦੇ। ਅੱਛਾ, ਅਤੇ ਕਿੰਨੇ ਮਹੀਨੇ ਬਾਅਦ ਲੋ ਐਡਾ ਹੋ ਜਾਂਦਾ ਜਿੱਡਾ ਹੋਏ ਹੁਣ? ਅੱਛਾ ਅੱਛਾ, ਮਹੀਨੇ ਬਾਅਦ ਤਿਆਰ ਮਾਸ਼ਾ। ਅੱਛਾ, ਇਹਦੇ ਲੋਹ ਜਿਹੜੇ ਨੇ ਉਹ ਕਿਤਨੇ ਕੁ ਲੈ ਸਕਦੇ ਹੋ? ਜੂਨ ਦੀ ਸਮਝੋ ਤੁਸੀਂ ਲਾਈ ਹੈ ਪਿਛਲੇ ਸਾਲ, ਕਿੰਨੇ ਲੋਹ ਹੋਰ ਦੇ ਜੇ ਦੀ? ਅੱਛਾ, ਇਹ ਕਹਿੰਦੇ ਨੇ 10 ਸਾਲ ਵੀ ਨਾ ਖਤਮ ਕਰੋ ਤਾਂ ਨਹੀਂ ਹੁੰਦੀ, ਜਦੋਂ ਆਪੂ ਵਾਹਣੀ ਜੇ ਪੱਟਣੀ ਜੇ। ਜ਼ਬਰਦਸਤ, ਇਹ ਤਾਂ ਬੜੀ ਫਸਲ ਨਹੀਂ ਹੈ? ਲਹਿਰੀਆਂ ਵਾਸਤੇ ਨਹੀਂ ਚੰਗੀ, ਲੈ ਦੁੱਧ ਸੁਕਾਉਂਦੀ ਹੈ। ਅੱਛਾ ਅੱਛਾ, ਭੁੱਖ ਵਾਸਤੇ ਸਹੀ ਹੈ। ਫਿਰ ਅਸਰ ਠੀਕ ਹੈ ਇਹਦਾ। ਅੱਛਾ ਜੀ, ਇਹ ਤੁਹਾਨੂੰ ਦੱਸਣਾ ਪਿਆ ਫਸਲ ਜਿਹੜੀ ਪਹਿਲਾਂ ਇੰਡੀਆ 'ਚ ਹੁੰਦੀ ਸੀ ਬਹੁਤ ਜ਼ਿਆਦਾ, ਅਤੇ ਹੁਣ ਪਾਕਿਸਤਾਨ 'ਚ ਵੀ ਜਿਹੜਾ ਨਾ ਤੁਹਾਨੂੰ ਹਰ ਜਗ੍ਹਾ 'ਤੇ ਨਜ਼ਰ ਆਵੇਦੀ, ਬਹੁਤ ਹੀ ਅੱਛੀ ਫਸਲ ਹੈ। ਇਸ ਕਹਿੰਦੇ ਨੇ 10 ਸਾਲ ਵੀ ਨਾ ਇਹਨੂੰ ਪੱਟੋ, ਪਾਣੀ ਦਿੰਦੇ ਰਹੋ, ਗੋਡੀ ਕਰਦੇ ਰਹੋ, ਅਤੇ ਫਿਰ ਹੁੰਦੀ ਰਹਿੰਦੀ, ਇੰਝ ਗੱਲ ਹੈ। ਮਾਸ਼ਾਅੱਲਾ ਜੀ, ਚਾਚੇ ਆ ਸਕਦੀਆਂ ਮੱਝਾਂ, ਚਾਰ ਗਾਂ ਹੁਣ ਕੋਣੀ ਹੈ, ਮੱਝਾਂ ਹੀ ਨੇ। ਲਹਿਰੀਆਂ ਕਿੰਨੀਆਂ ਨੇ ਵਿੱਚ? ਚਾਰੇ ਛੁੱਟੀ ਜੁੰਮੇ ਦੀ? ਬਾਰਿਸ਼ ਜਿਹੜਾ ਨਾ ਇੱਧਰੋਂ ਸ਼ੁਰੂ ਹੋਈ ਹੈ ਲਾਲ ਮੂਸੇ ਵਾਲੀ ਸਾਈਡ ਤੋਂ, ਅਤੇ ਇੰਝ ਫਿਰਦੀ ਨੇ ਖਰੀਆਂ, ਅਤੇ ਫਿਰ ਦੌਲਤ ਨਗਰ, ਅਤੇ ਹੁਣ ਡੋਗਾ ਜਿਹੜਾ ਪਿੰਡ ਹੈ ਨਾ ਇੱਥੇ ਬਹੁਤ ਜ਼ਿਆਦਾ ਜਿਹੜਾ ਨਾ ਹਨੇਰੇ ਪਾਏ ਸੀ, ਬਹੁਤ ਜ਼ਿਆਦਾ ਬਾਰਿਸ਼ ਇੱਧਰੋਂ ਚੜ੍ਹਦੀ ਹੁਣ ਆਈ ਫਿਰ ਕੇ, ਅਤੇ ਹਨੇਰੀ ਵੀ ਜਿਹੜਾ ਉਹ ਬਹੁਤ ਜ਼ਿਆਦਾ, ਮੈਂ ਦੇਖਿਆ ਸਾਰੀ ਮਿੱਟੀ ਜਿਹੜਾ ਨਾ ਉੱਡਦੀ ਪਈ, ਬਾਰਿਸ਼ ਜਿਹੜੀ ਹੈ ਸਾਰੀ ਬਹੁਤ ਜ਼ਿਆਦਾ ਇੱਧਰ ਵੀ ਬਸਤੀ ਚੜ੍ਹਦੀ।